ਸੰਗਤ ਪਤੀ ਸ
ਸਾਡੇ ਤਰ੍ਹਾਂ ਪੰਜ ਪਿਆਰੇ ਸਿੰਘ ਸਾਹਿਬਾਨ ਪਹੁੰਚ ਚੁੱਕੇ ਨੇ। ਸੋ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਜਕਾਰੇ ਛੱਡੇ ਜਾਣਗੇ, ਪੰਜ ਸਿੰਘ ਸਾਹਿਬਾਨ ਜਕਾਰੇ ਛੱਡਣਗੇ ਅਤੇ ਜਕਾਰੇ ਦਾ ਜਵਾਬ ਸਮੁੱਚੀਆਂ ਸੰਗਤਾਂ ਨੇ ਜਕਾਰੇ ਦੇ ਵਿੱਚ ਓਕੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਵੀ ਜਕਾਰੇ ਦਾ ਜਵਾਬ ਜਗਾੜ ਕੇ ਦੇਣਾ। ਕਵਿਤਾ ਕਹਿਣੀ ਹੈ ਕਿਉਂਕਿ ਸਮਾਂ ਹੀ ਸੀਮਤ ਰਹਿ ਗਿਆ। ਮੈਂ ਇਹ ਕਵਿਤਾ ਲਾਸਟ ਕਹਿ ਦੇਣੀ ਹੈ ਜਦੋਂ ਜੰਗ ਹੋਈ ਹੈ ਸਭਰਾਵਾਂ ਦੀ, ਕਿਉਂਕਿ ਪਿਛਲੇ ਸੰਡੇ ਆਪਾਂ ਇਤਿਹਾਸ ਸਾਂਝਾ ਕੀਤਾ ਸੀ, ਸ਼ਾਮ ਸਿੰਘ ਅਟਾਰੀ ਦਾ ਸ਼ੁਰੂ ਕੀਤਾ ਸੀ। ਸੋ ਇੰਨਾ ਸਮਾਂ ਨਹੀਂ ਕਿ ਮੈਂ ਜੋ ਵਿਚਲਾ ਇਤਿਹਾਸ ਤੁਹਾਡੀ ਸੇਵਾ 'ਚ ਸਾਂਝਾ ਕਰਾਂ। ਆਓ ਗਰਮ ਪਿਆਰਿਓ, ਮੈਂ ਇਸ ਇਤਿਹਾਸ ਦੀ ਇੱਕ ਲਾਸਟ ਕਵਿਤਾ ਤੁਹਾਡੀ ਸੇਵਾ 'ਚ ਕਹਿ ਕੇ ਖਿਮਾ ਦਾ ਜੱਜ ਹੋ ਜਾਣਾ। ਸਮੁੱਚੀਆਂ ਸੰਗਤਾਂ ਦੇ ਧੰਨਵਾਦੀਆਂ, ਸਤਿਕਾਰਯੋਗ ਭੈਣਾਂ ਦੇ, ਸਾਡੀਆਂ ਮਾਤਾਵਾਂ ਦੇ ਜਿਨ੍ਹਾਂ ਨੇ ਕਿ ਸਾਨੂੰ ਬੜਾ ਹੀ ਪਿਆਰ ਬਖਸ਼ਿਆ ਹੈ, ਸਤਿਕਾਰਯੋਗ ਵੀਰਾਂ ਬਜ਼ੁਰਗਾਂ ਦਾ ਬੜਾ ਪਿਆਰ ਮਿਲਿਆ। ਸਮੁੱਚੀ ਕਮੇਟੀ ਦੇ ਧੰਨਵਾਦੀ ਹਾਂ, ਕੋਟਣ ਕੋਟਵਾਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧੰਨਵਾਦੀ ਹਾਂ। ਸੋ ਜਿਨ੍ਹਾਂ ਦੀ ਛਤਰ ਛਾਇਆ ਦੇ ਹੇਠ ਤੁਹਾਡੀ ਸੇਵਾ 'ਚ ਅਸੀਂ ਸੇਵਾ ਨਿਭਾਉਂਦੇ ਆ ਰਹੇ ਹਾਂ, ਸਾਡੇ ਸਤਿਕਾਰਯੋਗ ਰਣਜੀਤ ਸਿੰਘ ਜੀ ਖਹਿਰਾ, ਉਹਨਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਜਦੋਂ ਵੀ ਕਿ ਗੁਰਪੁਰਬ ਜਾਂ ਵਿਸ਼ੇਸ਼ ਦਿਨ ਹੁੰਦਾ ਹੈ ਤਾਂ ਸਾਰੀ ਇਹ ਕਵਰੇਜ ਕਰਦੇ ਆ। ਆਓ ਗੁਰਮੁਖੋ, ਆਪਾਂ ਪਿਛਲੇ ਇਤਿਹਾਸ ਸਾਂਝਾ ਕੀਤਾ ਸੀ, ਕੌਮਾਂ ਚਾਹੁੰਦੀਆਂ ਸਦਾ ਕੁਰਬਾਨੀਆਂ ਅਤੇ ਤਵਾਰੀਖਾਂ ਪੁਰਾਣੀਆਂ ਕਹਿੰਦੀਆਂ ਨੇ। ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਮਾਰਾਂ ਹਰ ਜਗ੍ਹਾ ਉਸ ਨੂੰ ਪੈਂਦੀਆਂ ਨੇ। ਉੱਚੇ ਟਿੱਪੇ 'ਤੇ ਚੜ੍ਹਦਾ ਕੋਈ ਪਾਣੀ, ਲਹਿਰਾਂ ਸਦਾ ਨਿਵਾਣ ਵੱਲ ਵਹਿੰਦੀਆਂ ਨੇ। ਅਣਖ ਨਾਲ ਗੁਰਮੇਲ ਜੋ ਕੌਮ ਲੜਦੀ ਕਲਾ ਉਹਦੀਆਂ ਚੜ੍ਹਦੀਆਂ ਰਹਿੰਦੀਆਂ ਨੇ। ਧੰਨ ਗੁਰੂ ਦਸ਼ਮੇਸ਼ ਪਿਤਾ ਬਾਝਾਂ ਵਾਲੇ ਪਾਤਸ਼ਾਹ ਜੀ ਨੇ ਸਾਨੂੰ ਗੁਰਮੁਖ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾ ਕੇ ਇੱਕ ਨਵਾਂ ਵੱਖਰਾ ਰੂਪ ਦਿੱਤਾ ਹੈ। ਸੋ 20 ਮਈ ਵਾਲੇ ਦਿਨ ਇਸ ਗੁਰੂ ਘਰ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਇਆ ਜਾਣਾ। ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ, ਨੌਜਵਾਨ ਵੀਰਾਂ ਨੂੰ, ਸਤਿਕਾਰਯੋਗ ਭੈਣਾਂ ਨੂੰ ਬੇਨਤੀ ਕਰਾਂ, ਗੁਰਮੁਖੋ ਜੋ ਆਪਣੇ ਇਸ ਘਰ ਦੇ ਵਿੱਚ ਗੰਗਾ ਵਹਿਣੀ ਹੈ ਅਤੇ ਆਪਾਂ ਨੂੰ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਨਾ ਜ਼ਰੂਰੀ ਹੈ ਅਤੇ ਲਾਹ ਲੈਣਾ ਚਾਹੀਦਾ ਹੈ। ਆਓ ਸਮਾਂ ਸੀਮਤ ਮੈਂ ਗੱਲ ਕਰਾਂ ਕਿ ਜਿਸ ਟਾਈਮ ਸ਼ਾਮ ਸਿੰਘ ਅਟਾਰੀ ਨੂੰ ਜਦੋਂ ਰਾਣੀ ਮਹਾਰਾਣੀ ਜਿੱਦਾਂ ਨੇ ਚਿੱਠੀ ਲਿਖੀ ਹੈ ਕਿ ਇੱਧਰ ਸਾਰੇ ਗਦਾਰ, ਕਿਉਂਕਿ ਦੋ ਜੰਗਾਂ ਹਾਰ ਚੁੱਕੇ ਸਨ ਸਾਡੇ ਸਿੱਖ ਰਾਜ, ਜੋ ਕਿ ਮੁਤਕੀ ਦੀ ਜੰਗ ਅਤੇ ਫੇਰੂ ਸ਼ਹਿਰ ਦੀ, ਜਦੋਂ ਚਿੱਠੀ ਲਿਖੀ ਹੈ, ਚਿੱਠੀ ਲੈ ਕੇ ਸ਼ਾਮ ਸਿੰਘ ਅਟਾਰੀ ਨੂੰ ਭੇਜੀ ਗਈ ਹੈ
ਸ਼ਾਮ ਸਿੰਘ ਅਟਾਰਨੀ ਜੀ ਦੀ ਚਿੱਠੀ ਮਿਲੀ ਤਾਂ ਆਪਣੇ ਜੋ ਵੀ ਸਾਥੀ ਸਨ ਸਭ ਨੂੰ ਫਰਮਾਨ ਭੇਜ ਦਿੱਤੇ ਹੈ ਕਿ ਜੰਗ ਦਾ ਬਿਗਲ ਵੱਜ ਚੁੱਕਾ ਹੈ, ਅੱਜ ਸਾਨੂੰ ਸਾਡੀ ਸਿੱਖ ਰਾਜ ਨੂੰ ਲੋੜ ਆ, ਅਤੇ ਜਿਹੜੀਆਂ ਟੰਗੀਆਂ ਹੋਈਆਂ ਕਮਾਨਾਂ ਲਾ ਕੇ, ਟੰਗੇ ਹੋਏ ਸ਼ਸਤਰ ਲਾ ਕੇ ਅਤੇ ਅਟਾਰੀ ਵਿੱਚ ਪਹੁੰਚੋ। ਗੁਰਮੁਖੋ ਜਿਵੇਂ ਜਿਵੇਂ ਫਰਮਾਨ ਮਿਲਿਆ ਅਤੇ ਜਵਾਨ ਪਹੁੰਚੇ ਆ, ਤਕਰੀਬਨ 8,000 ਦੇ ਕਰੀਬ ਯੋਧੇ ਆ ਗਏ ਅਟਾਰੀ ਦੇ ਵਿੱਚ। ਅਰਦਾਸਾਂ ਸੁਧਣ ਤੋਂ ਬਾਅਦ, ਜਕਾਰੇ ਛੱਡਣ ਤੋਂ ਬਾਅਦ ਸਭਰਾਵਾਂ ਦੀ ਜੰਗ ਨੂੰ ਗੁਰਮੁਖੋ ਸਮੁੱਚੇ ਯੋਧੇ ਚੱਲੇ ਆ। ਇਹ ਤਰ੍ਹਾਂ ਲਾਲੂ ਵਰਗੇ ਤੇਜੇ ਵਰਗਾਂ ਨੇ ਫਿਰ ਗਦਾਰੀ ਕਰ ਦਿੱਤੀ ਹੈ ਸਾਡੀ ਸਿੱਖ ਫੌਜ ਨੂੰ। ਜੋ ਬਰੂਦ, ਜੋ ਅਸਲਾ ਮਿਲਣਾ ਸੀ ਉਹ ਨਾ ਦਿੱਤਾ। ਅੰਤ ਹੁਣ ਸ਼ਾਮ ਸਿੰਘ ਅਟਾਰੀ ਨੇ ਕਹਿੰਦੇ ਆਪਣੇ ਸ਼੍ਰੀ ਸਾਹਿਬ ਨੂੰ ਸੂਤ ਕੇ ਕਿਹਾ, ਯੋਧਿਓ ਧੰਨ ਗੁਰੂ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਜੀ ਨੇ ਆਪਾਂ ਨੂੰ ਫਰਮਾਨ ਕੀਤਾ, ਜਦੋਂ ਹੋਰ ਹੀਲੇ ਵਸੀਲੇ ਸਾਰੇ ਜਦੋਂ ਨਾ ਹੋਣ ਤਾਂ ਫਿਰ ਜੋ ਸਾਡੇ ਸਵੈ ਮਾਰ ਦੇ ਲਈ ਸਾਡਾ ਸ਼੍ਰੀ ਸਾਹਿਬ ਸਾਨੂੰ ਦਿੱਤਾ ਹੈ, ਇਹੀ ਸੂਤ ਲਓ। ਜਿਵੇਂ ਸਭਰਾਵਾਂ ਦੀ ਜੰਗ ਦੇ ਵਿੱਚ ਸਿੱਖ ਰਾਜ ਦੇ ਆਖਰੀ ਯੋਧੇ ਨੇ ਗੁਰਮੁਖ ਲੜਦਿਆਂ ਲੜਦਿਆਂ ਸ਼ਹੀਦੀ ਜਾਂ ਪਿਤਾ, ਉਹ ਸੀਨ ਮਹਾਂਕਵੀ ਬਾਬੂ ਰਾਜਮ ਅਲੀ ਖਾਨ ਜੀ ਸਾਹਿਬ ਕਹਿੰਦੇ ਸੇਵ ਜਥੇ ਵੱਲੋਂ ਇਹ ਉਹ ਬੇਨਤੀ ਕੀਤੀ ਜਾ ਰਹੀ ਹੈ। ਸੂਰਾ ਸੋ ਪਹਿਚਾਨਿਆ ਜੋ ਲੜਾ ਦੇਣ ਕੇ ਹੇਤਾ, ਪਰਚਾ ਪਰਚਾ ਕਟ ਮਰੇ ਕਬਹੁ ਨ ਜਾਟਾ ਖੇਤਾ। ਉਹ ਚਿੱਟਾ ਘੋੜ ਤੇ ਚਿੱਟਾ ਹਸੀ ਬਾਣਾ, ਚਿੱਟਾ ਦਾਰ ਸ਼ਾਮ ਸਿੰਘ ਦਾ ਮੱਥਾ ਚਮਕੇ, ਮੱਥਾ ਚਮਕੇ ਤੇ ਅੱਖਾਂ ਸੀ ਜੋਸ਼ੀਲੀਆਂ, ਹੋ ਬਬਰਾ ਸ਼ਾਮ ਸਿੰਘ ਦਾ ਮੱਥਾ ਚਮਕੇ। ਕੰਡਾ ਫੜਿਆ ਫਲਾਤੀ ਤੋਂ ਤਾਰਾ ਵੈਰੀਆਂ ਦੇ ਆਹੂ ਲਾ ਗਿਆ ਸ਼ਾਮ ਸਿੰਘ ਜੀ। ਸ਼ਾਮ ਸਿੰਘ ਸਭਰਾਵਾਂ ਵਾਲੀ ਜੰਗ ਚ ਅਮਰਾ ਸ਼ਹੀਦੀ ਪਾ ਗਿਆ ਸ਼ਾਮ ਸਿੰਘ ਜੀ। ਮਾਰ ਮਾਰ ਸੱਤਰ
ਸ਼ਾਮ ਸਿੰਘ ਜੀ, ਸ਼ਾਮ ਸਿੰਘ ਸਾਬਾ ਰਾਮਾਂ ਵਾਲੀ ਜੰਗ ਚੋਂ ਅਮਰਾ ਸ਼ਹੀਦੀ ਪਾ ਗਿਆ ਸ਼ਾਮ ਸਿੰਘ ਜੀ। ਸ਼ਾਮ ਸਿੰਘ ਜੀ, ਸ਼ਾਮ ਸਿੰਘ ਸਾਬਾ ਰਾਮਾਂ ਵਾਲੀ।